ਤਾਂ ਸੰਗਰੂਰ ਦੀ ਸੀਟ ਬੜੀ ਹਾਈ ਪ੍ਰੋਫਾਈਲ ਦੇ ਤੌਰ ਦੇ ਉੱਤੇ ਜਾਣੀ ਜਾਂਦੀ ਹੈ, ਆਮ ਆਦਮੀ ਪਾਰਟੀ ਦੇ ਗੜ ਦੇ ਤੌਰ ਤੇ ਵੀ ਇਸ ਸੀਟ ਨੂੰ ਦੇਖਿਆ ਜਾਂਦਾ ਹੈ ਜਾਂ ਜਾਣਿਆ ਜਾਂਦਾ ਹੈ। ਤਾਂ ਹੁਣ ਗੱਲ ਇਹ ਹੈ ਕਿ ਸੰਗਰੂਰ ਦੇ ਵਿੱਚ ਕੀ ਆਮ ਆਦਮੀ ਪਾਰਟੀ 2014-2019 ਵਾਲੀ ਜਿੱਤ ਨੂੰ ਰਿਪੀਟ ਕਰ ਸਕੇਗੀ ਜਾਂ ਫਿਰ ਕੁਝ ਵੱਖਰਾ ਹੋ ਸਕਦਾ ਹੈ ਬਾਈ ਇਲੈਕਸ਼ਨ ਦੀ ਤਰ੍ਹਾਂ। ਬਾਈ ਇਲੈਕਸ਼ਨ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ, ਤੁਹਾਨੂੰ ਯਾਦ ਹੋਏਗਾ 2022 ਦੇ ਵਿੱਚ, ਤਾਂ ਉਸਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਸਹਿਯੋਗੀ ਕੁਝ ਸਾਡੇ ਨਾਲ ਜੁੜਨਗੇ, ਜਿਨ੍ਹਾਂ ਦੇ ਨਾਲ ਗੱਲਬਾਤ ਹੋਏਗੀ, ਵਿਜੇਪਾਲ ਬਰਾੜ ਮੇਰੇ ਸਹਿਯੋਗੀ, ਵਿਨੇਸ਼ ਤੇ ਨਾਲ ਨਾਲ ਰਮਨ ਸਾਡੇ ਸਹਿਯੋਗੀ ਨਿਊਜ਼ ਰੂਮ ਤੋਂ ਜੁੜਨਗੇ। ਮੈਂ ਸੰਗਰੂਰ ਸੀਟ ਦਾ ਜ਼ਿਕਰ ਕਰਦਾ, ਸਾਡੇ ਨਾਲ ਜਿਹੜੇ ਸਾਡੇ ਇੱਥੇ ਕੁਝ ਸਹਿਯੋਗੀ ਜੁੜੇ ਹੋਏ ਨੇ, ਉਹਨਾਂ ਦੇ ਵਿੱਚੋਂ ਸੰਗਰੂਰ ਸੀਟ ਤੋਂ ਵੀ ਕੁਝ ਸਾਡੇ ਨਾਲ ਸਾਡੇ ਸਹਿਯੋਗੀ ਹੈਗੇ ਨੇ, ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀ ਸੀਟ ਦੇ ਉੱਤੇ ਕੌਣ ਇਸ ਸਮੇਂ ਅੱਗੇ, ਕੌਣ ਪਿੱਛੇ ਹੈਗਾ ਹੈ। ਸੰਗਰੂਰ ਦਾ ਇੱਕ ਵਾਰ ਗ੍ਰਾਫਿਕ ਜ਼ਰੂਰ ਦਿਖਾ ਦਈਏ ਆਪਣੀ ਸਕਰੀਨ ਦੇ ਉੱਤੇ, ਜੇਕਰ ਸਾਡੀ ਟੀਮ ਦਿਖਾ ਸਕੇ। ਇੱਥੇ ਜਿਹੜੀ ਸਿੱਧੇ ਤੌਰ ਦੇ ਉੱਤੇ ਪੰਜ ਕੋਣਾ ਮੁਕਾਬਲਾ ਸਾਨੂੰ ਨਜ਼ਰ ਆਇਆ, ਆਮ ਆਦਮੀ ਪਾਰਟੀ, ਕਾਂਗਰਸ, ਉਸ ਤੋਂ ਬਾਅਦ ਬੀਜੇਪੀ, ਬੀਜੇਪੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਤਾਂ ਇਹ ਪੰਜ ਅਹਿਮ ਜਿਹੜੇ ਕੈਂਡੀਡੇਟ ਨਜ਼ਰ ਆਏ ਸੀ, ਜਿਹੜੇ ਸੰਗਰੂਰ ਦੇ ਵਿੱਚ ਸਾਨੂੰ ਨਜ਼ਰ ਆਏ ਨੇ, ਉਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੈਂ ਸ਼ੁਰੂਆਤ ਕਰਦਾ, ਵਿਜੇ ਮੇਰੇ ਸਹਿਯੋਗੀ ਸਾਡੇ ਨਾਲ ਜੁੜਨਗੇ ਔਰ ਅਸੀਂ ਇਸ ਪੁਆਇੰਟ ਤੋਂ ਹੀ ਸ਼ੁਰੂਆਤ ਕਰਦੇ ਹਾਂ। ਵਿਜੇ, ਸੰਗਰੂਰ ਆਪਾਂ ਗਏ ਸੀ, ਸੰਗਰੂਰ ਦਾ ਆਪਾਂ ਬਹੁਤ ਸਮੀਕਰਨ ਦੇਖੇ ਨੇ, ਥੋੜ੍ਹਾ ਜਿਹਾ ਆਪਾਂ ਇਸ ਸ਼ੋਅ ਦੇ ਵਿੱਚ ਸਪਸ਼ਟ ਸ਼ਬਦਾਂ ਦੇ ਵਿੱਚ ਗੱਲ ਕਰਨੀ ਹੈ ਕਿ ਹੋ ਸਕਦਾ ਸੰਗਰੂਰ ਸਿੱਧੇ ਤੌਰ 'ਤੇ, ਕੀ ਮਾਹੌਲ, ਕੀ ਨਜ਼ਰ ਆਇਆ ਜੋ ਆਪਾਂ ਸੰਗਰੂਰ ਗਏ? ਦੇਖੋ ਗੌਰਵ, ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੁਕਾਬਲਾ ਜਿਹੜਾ ਹੈਗਾ ਉਹ ਕਿਤੇ ਚਾਰ ਕੋਨੀ ਹੈ, ਕਿਤੇ ਪੰਜ ਕੋਨੀ ਹੈ। ਸੋ ਜੇ ਆਪਾਂ ਕਹੀਏ ਵੀ ਬਹੁਤ ਲੋਕ ਇਹੀ ਅੰਦਾਜ਼ੇ ਲਾ ਰਹੇ ਹੈ, ਕੋਈ ਤੀਰ ਹੈ, ਕੋਈ ਤੁੱਕਾ ਹੈ ਜਿਹਦਾ ਚੱਲ ਗਿਆ। ਸੋ ਇਸ ਤਰੀਕੇ ਨਾਲ ਅੰਦਾਜ਼ੇ ਹੈ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਲੱਗ ਰਹੇ ਹੈ, ਪਰ ਅਸਲ ਦੇ ਵਿੱਚ ਜੇ ਤੁਸੀਂ ਕਹੋ ਕਿ ਕਿਹੜੀ ਪਾਰਟੀ ਅੱਗੇ ਹੈ, ਇਹ ਕੋਈ ਵੀ ਨਹੀਂ ਕਹਿ ਸਕਦਾ। ਜੋ ਅਸਲੀਅਤ ਹੈ, ਦੇਖੋ 9.5 ਲੱਖ ਵੋਟ ਪੋਲ ਹੋਈ ਹੈ, ਕਿਤੇ 10 ਲੱਖ ਵੋਟ ਪੋਲ ਹੋਈ ਹੈ, ਕਿਤੇ 9 ਲੱਖ ਪੋਲ ਹੋਈ ਹੈ। ਜੇ ਹੁਣ ਉਹ 5-3 ਮੁਕਾਬਲਾ ਹੈ ਜਾਂ 4-3 ਮੁਕਾਬਲਾ, ਤੁਸੀਂ ਕਿਵੇਂ ਉਹਦੀ ਕੈਲਕੂਲੇਸ਼ਨ ਕਰੋਗੇ? ਜੇ 10 ਲੱਖ ਵੋਟ ਦੇ ਵਿੱਚ ਕੋਈ ਕੈਂਡੀਡੇਟ 10,000 ਨਾਲ ਜਿੱਤ ਗਿਆ, ਉਹਦੀ ਕੈਲਕੂਲੇਸ਼ਨ ਕਦੇ ਵੀ ਨਹੀਂ ਹੋ ਸਕਦੀ ਲੋਕ ਸਭਾ ਦੇ ਵਿੱਚ। ਪਰ ਉਹ ਮੋਟੇ ਤੌਰ 'ਤੇ ਜੇ ਦੇਖੀਏ ਮੁਕਾਬਲਾ, ਦੇਖੋ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਦਾਅਵਾ ਹੈ, ਕਿਉਂਕਿ ਉਹਨਾਂ ਦਾ ਗੜ੍ਹ ਹੈ, ਬਿਲਕੁਲ ਸੀਐਮ ਭਗਵੰਤ ਮਾਨ ਕਹਿੰਦੇ ਆ ਕਿ ਅਸੀਂ ਕੋਈ ਸੀਟ ਹਾਰ ਜਾਈਏ ਸੰਗਰੂਰ ਨਹੀਂ ਹਾਰਦੇ, ਇਹ ਉਹਨਾਂ ਦਾ ਦਾਅਵਾ ਹੈ। ਪ੍ਰੈਸਟੀਜ ਇਸ਼ੂ ਹੁੰਦਾ ਇੱਕ ਪਾਰਟੀ ਦਾ, ਜਿਵੇਂ ਅਕਾਲੀ ਦਲ ਦਾ ਬਠਿੰਡਾ ਹੈ, ਸੇਮ ਉਵੇਂ ਉੱਥੇ ਸੁਖਪਾਲ ਖਹਿਰਾ ਨੂੰ ਕਾਂਗਰਸ ਪਾਰਟੀ ਨੇ ਭੇਜਿਆ, ਕਿਉਂਕਿ ਖਹਿਰਾ ਆਮ ਆਦਮੀ ਪਾਰਟੀ ਦੇ ਖਿਲਾਫ ਨੇ, ਇਸ ਕਰਕੇ ਖਹਿਰਾ ਵੀ ਪੂਰਾ ਦਾਅਵਾ ਕਰ ਰਿਹਾ ਵੀ ਮੈਂ ਜਿੱਤੂਗਾ। ਫਿਰ ਉਹਨਾਂ ਤੋਂ ਇਲਾਵਾ ਅਕਾਲੀ ਦਲ ਨੇ ਇਕਬਾਲ ਸਿੰਘ ਝੂੰਦਾ ਨੂੰ ਉਤਾਰਿਆ, ਉਹ ਕਮਜ਼ੋਰ ਕੈਂਡੀਡੇਟ ਨੇ, ਉਹਨਾਂ ਨੂੰ ਮੇਨ ਮੁਕਾਬਲੇ ਦੇ ਵਿੱਚ ਨਹੀਂ ਮੰਨਿਆ ਜਾ ਰਿਹਾ, ਕਿਉਂਕਿ ਢੀਂਡਸਾ ਪਰਿਵਾਰ ਵੀ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਜੋ ਪਿਛਲੇ ਟਾਈਮ 'ਚ ਦੇਖਿਆ। ਉਸ ਤੋਂ ਬਾਅਦ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਅਰਵਿੰਦ ਖੰਨਾ, ਉਹਨਾਂ ਦੀ ਵੀ ਸੰਗਰੂਰ ਦੇ ਵਿੱਚ ਪੋਜੀਸ਼ਨ ਕੋਈ ਬਹੁਤ ਜ਼ਿਆਦਾ ਚੰਗੀ ਨਹੀਂ ਨਜ਼ਰ ਆ ਰਹੀ, ਹਾਲਾਂਕਿ ਦਾਅਵੇ ਸਾਰੇ ਲੀਡਰ ਕਰਦੇ ਆ ਕਿ ਅਸੀਂ ਚੰਗੀਆਂ ਵੋਟਾਂ ਲੈ ਕੇ ਜਾਵਾਂਗੇ, ਪਰ ਮੋਟੇ ਤੌਰ 'ਤੇ ਜਿਹੜਾ ਮੁਕਾਬਲਾ ਹੈ ਸੰਗਰੂਰ ਦੇ ਵਿੱਚ, ਉਹ ਸੁਖਪਾਲ ਖਹਿਰਾ ਅਤੇ ਮੀਤ ਹੇਅਰ ਦੇ ਵਿੱਚ ਪਿਛਲੇ ਦਿਨਾਂ 'ਚ ਸਮਝਿਆ ਜਾ ਰਿਹਾ ਸੀ ਜਦੋਂ ਸ਼ੁਰੂਆਤ ਹੋਈ, ਪਰ ਅਚਾਨਕ ਸਿਮਰਨਜੀਤ ਮਾਨ ਨੇ ਬੜਾ ਪਿੱਕ ਕੀਤਾ ਉੱਥੇ, ਔਰ ਅਖੀਰਲੇ ਦਿਨਾਂ ਦੇ ਵਿੱਚ ਆ ਕੇ ਸਿਮਰਨਜੀਤ ਮਾਨ ਦੀ ਚਰਚਾ ਬਹੁਤ ਹੋਣ ਲੱਗ ਪਈ, ਔਰ 5 ਕੋਨਾ ਮੁਕਾਬਲਾ ਸੀ। ਔਰ ਇੱਥੋਂ ਤੱਕ ਸੰਗਰੂਰ ਦੇ ਲੋਕ ਕਹਿ ਰਹੇ ਆ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ, ਬਾਕੀ ਨਤੀਜੇ ਕੀ ਹੋਣੇ ਆ, ਕੁਛ ਵੀ ਉੱਪਰ ਨੀਚੇ ਹੋ ਸਕਦਾ, ਪਰ ਉੱਥੇ ਲੋਕ ਇਹ ਕਹਿ ਰਹੇ ਆ ਕਿ ਅਖੀਰਲੇ ਦਿਨਾਂ ਤੱਕ ਆਉਂਦੇ ਆਉਂਦੇ ਮੁਕਾਬਲਾ ਜਿਹੜਾ ਉਹ ਮੀਤ ਹੇਅਰ ਤੇ ਸਿਮਰਜੀਤ ਮਾਨ ਦੇ ਵਿਚਾਲੇ। ਠੀਕ ਹੈ, ਇੱਕ ਸੰਗਰੂਰ ਦੇ ਸਾਡੇ ਇੱਥੇ ਕੁਲੀਗ ਹੈਗੇ ਨੇ, ਮੈਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ, ਪ੍ਰੀਤੀ ਸੰਗਰੂਰ ਤੋਂ ਤੁਸੀਂ ਤਾਲੁਕ ਰੱਖਦੇ ਹੋ, ਉੱਥੇ ਕੀ ਮਾਹੌਲ, ਘਰ ਦੇ ਨਾਲ ਕੋਈ ਗੱਲਬਾਤ ਹੋਈ, ਉੱਥੇ ਕੋਈ ਹੋਰ ਤੁਹਾਡੇ ਜਾਣ ਪਹਿਚਾਣ ਵਾਲੇ ਹੋਣੇ ਆ, ਸੰਗਰੂਰ ਦੇ ਵਿੱਚ ਕੀ ਮਾਹੌਲ ਨਜ਼ਰ ਆਇਆ? ਸੰਗਰੂਰ ਦੇ ਵਿੱਚ ਜਿਵੇਂ ਕਿ ਵਿਜੇ ਸਰ ਨੇ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਅਤੇ ਸਿਮਰਨਜੀਤ ਮਾਨ ਦੇ ਵਿੱਚ ਮੁਕਾਬਲਾ, ਪਰ ਜਿੱਥੇ ਤੱਕ ਮੈਂ ਆਪਣੇ ਘਰਦਿਆਂ ਨਾਲ ਅਤੇ ਆਸ ਪੜੋਸ ਦੇ ਲੋਕਾਂ ਨਾਲ ਗੱਲ
ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਇਹੀ ਕਿਹਾ ਕਿ ਉਹਨਾਂ ਨੇ ਭਾਜਪਾ ਨੂੰ ਹੀ ਵੋਟ ਪਾਈ ਹੈ। ਠੀਕ ਹੈ, ਤਾਂ ਬੀਜੇਪੀ ਇੰਟਰਸਟਿੰਗ ਹੈ ਕਿ ਅਰਵਿੰਦ ਖੰਨਾ ਨੂੰ ਲੱਗ ਰਿਹਾ ਸੀਗਾ ਕਿ ਉਸ ਤਰੀਕੇ ਨਾਲ ਨਾ ਹੋਵੇ, ਪਰ ਅਰਵਿੰਦ ਖੰਨਾ ਬੀਜੇਪੀ ਦੇ ਸਟਰੋਂਗ ਹੈਗੇ। ਵਿਨੇਸ਼ ਤੁਸੀਂ ਵੀ ਆ ਜਾਓ, ਰਮਨ ਜੇਕਰ ਤੁਸੀਂ ਵੀ ਆ ਸਕੋ, ਚਮਨ ਜੀ ਆਪਾਂ ਗੱਲਬਾਤ ਕਰੀਏ ਥੋੜ੍ਹੀ ਜਿਹੀ ਅੱਜ ਇਸ ਸਾਰੀਆਂ ਸੀਟਾਂ ਦੇ ਉੱਤੇ। ਇਨਫੈਕਟ ਰਣਬੀਰ ਰਾਣਾ ਸਾਡੇ ਸਹਿਯੋਗੀ ਕਿਸੇ ਮੀਟਿੰਗ ਦੇ ਵਿੱਚ ਮੈਨੂੰ ਲੱਗਦਾ ਵਿਅਸਤ ਹੈ, ਆਪਾਂ ਉਹਨਾਂ ਨੂੰ ਵੀ ਸੱਦ ਲਾਂਗੇ ਕਿ ਗੱਲਬਾਤ ਜ਼ਰੂਰ ਹੋ ਸਕੇ। ਸੰਗਰੂਰ ਦੇ ਰਹੀ ਕੋਈ ਪ੍ਰੈਡਿਕਸ਼ਨ ਹੈ? ਦੇਖੋ, ਜਿਹੜਾ ਸੰਗਰੂਰ ਲਈ ਵਿਜੇ ਬਰਾੜ ਨੇ ਪ੍ਰੈਡਿਕਸ਼ਨ ਕੀਤੀ ਹੈ, ਮੈਂ ਉਸ ਨਾਲ ਸਹਿਮਤ ਹਾਂ ਕਿ ਜਦੋਂ ਤੱਕ ਲਾਸਟ ਗੋਲਮੋਲ ਜਵਾਬ ਦੇ ਗਏ। ਨਹੀਂ, ਮੈਂ ਥੋੜ੍ਹਾ ਜਿਹਾ ਹੋਰ ਸਪਸ਼ਟ ਕਰ ਦਿੰਦਾ। ਜਵਾਬ ਦਾ ਮਤਲਬ ਇਹ ਹੈ ਕਿ ਸੰਗਰੂਰ ਸੀਟ ਤੋਂ ਅਕਾਲੀ ਦਲ ਆਊਟ ਹੈ। ਠੀਕ ਹੈ, ਅਕਾਲੀ ਦਲ ਰੇਸ 'ਚ ਹੈ। ਚਲੋ, ਮਤਲਬ 5 ਦੇ ਵਿੱਚ ਜਿਹੜੀ ਪੰਜ ਕੋਣੀ ਸੀ ਉਹਦੇ ਵਿੱਚ 4 ਰਹਿ ਗਏ। ਠੀਕ ਹੈ, ਉਸ ਤੋਂ ਇੱਕ ਸਟੈਪ ਆਪਾਂ ਹੋਰ ਅੱਗੇ ਚਲੇ ਜਾਂਦੇ ਹਾਂ, ਜੋ ਮੇਰਾ ਆਕਲਨ ਹੈ। ਅਸੀਂ ਸੰਗਰੂਰ ਸੀਟ ਆਪਾਂ ਇਕੱਠੇ ਗਏ ਸੀਗੇ ਤਿੰਨੋਂ, ਤੇ ਸੰਗਰੂਰ ਸੀਟ ਵਿੱਚ ਬੀਜੇਪੀ ਵੀ ਲਗਭਗ ਰੂਲ ਆਊਟ ਹੈ। ਰੂਲ ਆਊਟ ਹੈ, ਤਿੰਨ ਰਹਿ ਗਏ। ਤਿੰਨਾਂ ਵਿੱਚੋਂ ਬਣੇ ਹੁਣ ਮੀਤ ਹੇਅਰ, ਸੁਪਾਲ ਖਹਿਰਾ ਤੇ ਸਿਮਰਨਜੀਤ ਸਿੰਘ ਮਾਨ। ਜੇ ਆਪਾਂ ਲਾਸਟ ਵਾਲੀ ਜਿਹੜੀ ਵੋਟਿੰਗ ਪਰਸੈਂਟੇਜ ਰਿਹਾ ਉਸ ਰੁਝਾਨ ਦੇਖੀਏ ਤਾਂ ਉਸ ਹਿਸਾਬ ਨਾਲ ਲੱਗ ਰਿਹਾ ਹੈ ਕਿ ਸੰਗਰੂਰ ਦੇ ਵੱਖ ਵੱਖ ਹਲਕਿਆਂ 'ਚ ਜਦੋਂ ਅਸੀਂ ਗੱਲਬਾਤ ਵੀ ਕੀਤੀ ਆਪਦੇ ਸਹਿਯੋਗੀਆਂ ਨਾਲ ਜਾਂ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦੇ ਨਾਲ, ਤੇ ਜਿਹੜਾ ਮੁੱਖ ਮੁਕਾਬਲਾ ਹੈ ਮੀਤ ਹੇਅਰ ਤੇ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ। ਮੀਤ ਹੇਅਰ ਤੇ ਸਿਮਰਨ, ਤੁਸੀਂ ਬਹੁਤ ਤੁਸੀਂ ਕਹਿੰਦੇ ਫਿਲਟਰ ਕਰ ਲਿਆ ਇੱਕ ਤਰੀਕੇ, ਕਾਫੀ ਫਿਲਟਰ ਕਰ ਲਿਆ, ਔਰ ਨੈਕ ਐਂਡ ਨੈਕ ਮੁਕਾਬਲਾ ਹੈ ਜੀ। ਆਈਦਰ ਵੇ ਇਟ ਕੈਨ ਬੀ। ਸਹਿਮਤ ਹੋ ਗੁਰਵਿੰਦ ਜੀ? ਇੱਕ ਚੀਜ਼ ਹੋਰ ਹੈ ਜੀ, ਜਿਹੜੀ ਆਪਾਂ ਮੈਂ ਇਹ ਕਿਹਾ ਨਾ ਕਿ ਸ਼ੁਰੂ ਦੇ ਵਿੱਚ ਸੁਖਪਾਲ ਖਹਿਰਾ ਤੇ ਮੀਤ ਹੇਅਰ ਦੇ ਵਿੱਚ ਮੁਕਾਬਲਾ ਸੀ, ਪਰ ਅਖੀਰ ਤੇ ਆ ਕੇ ਬੀਜੇਪੀ ਨੇ ਜਿਹੜੀ ਬਹੁਤ ਜ਼ਿਆਦਾ ਵੋਟ ਖਿੱਚੀ ਹੈ ਜੀ। ਦੇਖੋ, ਬੀਜੇਪੀ ਜਿੱਤੇ ਜਾਂ ਨਾ ਜਿੱਤੇ, ਪਰ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਉਹਦਾ ਵੋਟ ਬੈਂਕ ਬਹੁਤ ਵੱਡਾ ਹੋਏਗਾ। ਹਾਂ, ਬੜਾ ਜ਼ਬਰਦਸਤ ਲੱਗ ਰਿਹਾ, ਬੜਾ ਜ਼ਬਰਦਸਤ ਹੋਏਗਾ। ਔਰ ਬੀਜੇਪੀ ਨੇ ਜਿਹੜਾ ਵੋਟ ਬੈਂਕ ਖਿੱਚਿਆ ਹੈ ਉਹ ਮੋਸਟਲੀ ਕਾਂਗਰਸ ਦਾ ਹੈ ਜੀ, ਸਭ ਤੋਂ ਜ਼ਿਆਦਾ ਕਾਂਗਰਸ ਦਾ ਹੈ। ਸੰਗਰੂਰ ਸੀਟ ਦੇ ਵਿੱਚ ਇਹੀ ਕੁਐਸਚਨ ਬਣੀ ਹੈ ਕਿ ਸਡਨਲੀ ਚਰਚਾ ਦੇ ਵਿੱਚ ਸਿਮਰਜੀਤ ਮਾਨ ਆ ਗਏ ਔਰ ਖਹਿਰਾ ਦੀ ਜਿਹੜੀ ਪੋਜੀਸ਼ਨ ਸੀ ਉਹ ਥੋੜੀ ਡਾਊਨ ਹੋ ਗਈ, ਕਿਉਂਕਿ ਅਰਵਿੰਦ ਖੰਨਾ ਜੇ ਕਾਂਗਰਸ ਦਾ 50,000 ਵੋਟ ਵੀ ਖਿੱਚ ਕੇ ਲੈ ਜਾਂਦੇ ਆ ਤਾਂ ਉਹਦੇ ਨਾਲ ਅਰਵਿੰਦ ਖੰਨਾ ਭਾਵੇਂ ਨਾ ਜਿੱਤਣ ਪਰ ਕਾਂਗਰਸ ਨੂੰ ਹਰਾ ਜਾਣਗੇ। ਔਰ ਇਹ ਗੱਲ ਸੰਗਰੂਰ ਨਹੀਂ, ਹੋਰ ਵੀ ਬਹੁਤ ਸਾਰੀਆਂ ਸੀਟਾਂ। ਗੌਰਵ, ਇਹ ਗੱਲ ਜਿਹੜੀ ਵਿਜੇ ਨੇ ਕਹੀ ਹੈ ਕਿ ਬੀਜੇਪੀ ਦਾ ਵੋਟ ਸ਼ੇਅਰ ਸੰਗਰੂਰ 'ਚ ਵਧੂਗਾ, ਮੈਂ ਥੋੜ੍ਹਾ ਜਿਹਾ ਹੋਰ ਇਸ ਦੇ ਵਿੱਚ ਐਡ ਆਨ ਕਰ ਦਿੰਦਾ, ਬੀਜੇਪੀ ਦਾ ਵੋਟ ਸ਼ੇਅਰ ਪੂਰੇ ਪੰਜਾਬ 'ਚ ਬਹੁਤ ਵਧੂਗਾ। ਇਟ ਵਿਲ ਬੀ ਸਰਪ੍ਰਾਈਜ਼ਿੰਗ ਫੋਰ ਐਵਰੀਬਡੀ ਕਿ ਬੀਜੇਪੀ ਦਾ ਵੋਟ ਸ਼ੇਅਰ ਪੂਰੇ ਪੰਜਾਬ ਦੇ ਜਿਹੜੀ ਵੀ ਲੋਕ ਸਭਾ ਹੋਵੇ 13 ਦੀਆਂ 13, ਤੇ ਚਲੋ ਚੰਡੀਗੜ੍ਹ 'ਚ ਤਾਂ ਬੀਜੇਪੀ ਦਾ ਅੱਛਾ ਖਾਸਾ ਬੇਸ ਹੈਗਾ, ਪੂਰੇ ਪੰਜਾਬ ਵਿੱਚ ਜਿਹੜਾ ਬੀਜੇਪੀ ਦਾ ਵੋਟ ਸ਼ੇਅਰ ਹੈ ਉਹ ਸਰਪ੍ਰਾਈਜ਼ਿੰਗ ਫੈਕਟ ਹੋ ਸਕਦਾ ਹੈ ਸਾਰੇ ਪੋਲਸਟਰ ਲਈ, ਸਾਰੇ ਸਾਈਕੋਲੋਜਿਸਟ ਲਈ, ਸਾਰੇ ਜਰਨਲਿਸਟ। ਠੀਕ ਹੈ, ਚਲੋ ਮਿਲਦਾ ਆਪਾਂ ਥੋੜ੍ਹਾ ਥੋੜ੍ਹਾ ਘੱਟ ਟਾਈਮ ਲਾਈਏ। ਸੰਗਰੂਰ ਦੇ ਲਈ ਜਿਹੜਾ ਮੇਨ ਮੁਕਾਬਲਾ ਹੈ ਉਹ ਮੀਤ ਹੇਅਰ ਥੋੜੇ ਅਪ ਲੱਗ ਰਹੇ ਇਸ ਟਾਈਮ ਜੀ, ਮੀਥ ਹੇਅਰ ਅਪ ਲੱਗ ਰਹੇ ਹੈ। ਚਲੋ, ਇਹ ਥੋੜਾ ਹੋਰ ਕਲੀਅਰ ਮੈਸੇਜ ਆ ਗਿਆ, ਤੁਸੀਂ ਮੀਤ ਹੇਅਰ ਤੇ ਸਿਮਰਨਜੀਤ ਸਿੰਘ ਮਾਨ ਸੀ, ਇਧਰ ਮੀਤ ਹੇਅਰ ਕਲੀਅਰ ਅਪ ਲੱਗ ਰਹੇ ਹੈ। ਮੈਂ ਇਹ ਤਾਂ ਨਹੀਂ ਕਹਾਂਗਾ ਕਿ ਕੌਣ ਆਪਾ, ਪਰ ਮੈਨੂੰ ਇਹ ਲੱਗਦਾ ਕਿ ਸਾਨੂੰ ਬੀਜੇਪੀ ਦਾ ਇੱਕ ਹੋਰ ਫੈਕਟਰ ਦੇਖਣਾ ਚਾਹੀਦਾ ਕਿ ਹਿੰਦੂ ਕੈਂਡੀਡੇਟ ਸਿਰਫ ਉੱਥੇ ਬੀਜੇਪੀ ਕੋਲ ਆ, ਔਰ ਹਿੰਦੂ ਵੋਟ ਜਿਹੜੀ ਹੈ ਉਹ ਜ਼ਿਆਦਾ ਭੁਗਤ ਸਕਦੀ ਹੈ ਬੀਜੇਪੀ ਨੂੰ। ਮਤਲਬ ਮੈਂ ਰਾਮ ਮੰਦਿਰ ਵੀ ਇੱਕ ਸਮਝਾਂ ਕਿ ਤੁਸੀਂ ਅਰਵਿੰਦ ਖੰਨਾ ਨੂੰ ਰੂਲ ਆਊਟ ਨਹੀਂ ਕਰ ਰਹੇ ਵਿਨਿੰਗ ਪੋਜੀਸ਼ਨ ਤੋਂ, ਕਿਉਂਕਿ ਅਰਵਿੰਦ ਖੰਨਾ ਪਹਿਲਾਂ ਵਿਧਾਇਕ ਵੀ ਰਹੇ ਨੇ ਔਰ ਉਹ ਵੈਸੇ ਵੀ ਬੜਾ ਸਰਮਾਏਦਾਰ ਕੈਂਡੀਡੇਟ ਨੇ, ਔਰ ਦੂਸਰਾ ਤੀਸਰਾ ਫੈਕਟਰ ਜੋ ਉਹਦੇ ਵਿੱਚ ਹਿੰਦੂ ਫੈਕਟਰ ਹੈ ਔਰ ਰਾਮ ਮੰਦਿਰ ਦਾ ਇੱਕ ਮੁੱਦਾ ਹੈ, ਤਾਂ ਮੈਂ ਇਹ ਨਹੀਂ ਕਹਾਂਗਾ ਕਿ ਉਹ ਜਿੱਤ ਸਕਦੇ ਨੇ, ਬਟ ਮੈਨੂੰ ਇਹ ਲੱਗਦਾ ਕਿ ਉਹ ਬਹੁਤ ਮੁਕਾਬਲੇ ਤੋਂ ਉਹਨਾਂ ਨੂੰ ਬਾਹਰ ਨਹੀਂ ਕੀਤਾ ਜਾ ਸਕਦਾ। ਇੱਕ ਚੀਜ਼ ਗੌਰਵ ਹੋਰ ਇਸ 'ਚ ਬੜੀ ਡਿਸਕਸ ਕਰਨ ਵਾਲੀ ਹੈ, ਸੰਗਰੂਰ ਇਲਾਕੇ 'ਚ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ, ਔਰ ਜਿੱਥੇ ਜਿੱਥੇ ਕਿਸਾਨਾਂ ਨੇ ਵਿਰੋਧ ਕੀਤਾ ਉੱਥੇ ਬੀਜੇਪੀ ਦਾ ਵੋਟ ਬੈਂਕ ਵਧਣਾ ਹੀ ਵਧਣਾ। ਇਹ ਇੱਕ ਬੜਾ ਕਲੀਅਰ ਫੈਕਟਰ ਹੈ ਕਿ ਉਹਨੇ ਸਾਰੀ ਵੋਟ ਕੰਸੋਲੀਡੇਟ ਕਰਤੀ, ਇੱਕ ਇੱਕ ਵਰਸਿਸ ਬਣ ਗਿਆ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਹਿੰਦੂ
ਚਿਹਰਾ ਨੇ ਅਰਵਿੰਦ ਖੰਨਾ। ਤਾਂ ਜਿੰਨਾ ਹਿੰਦੂ ਵੋਟ ਬੈਂਕ ਹੈ ਨਾ ਉਹ ਕਿਸਾਨਾਂ ਦੀਆਂ ਇਹਨਾਂ ਐਕਟੀਵਿਟੀ ਤੋਂ ਨਾਰਾਜ਼ ਹੋ ਗਿਆ ਔਰ ਇਸ ਦੇ ਨਤੀਜੇ ਨਜ਼ਰ ਆਉਣਗੇ, ਤੁਸੀਂ ਦੇਖਿਓ ਰਿਜ਼ਲਟ ਦੇ ਵਿੱਚ। ਪ੍ਰੀਤੀ ਜੇਕਰ ਤੁਸੀਂ ਮੇਰੀ ਆਵਾਜ਼ ਸੁਣ ਪਾ ਰਹੇ ਹੋ, ਜ਼ਿਕਰ ਬੀਜੇਪੀ ਦਾ ਕਰ ਰਹੇ ਸੀ, ਇੱਕ ਸੈਕਿੰਡ ਆ ਜਿਓ। ਸੰਗਰੂਰ ਤੋਂ ਮੈਂ ਅੱਗੇ ਵਧਣਾ ਬਾਕੀ ਸੀਟਾਂ ਦਾ, ਤੁਸੀਂ ਬੀਜੇਪੀ ਦਾ ਜ਼ਿਕਰ ਕਰ ਰਹੇ ਸੀ, ਘਰ ਦੇ ਨਾਲ ਗੱਲ ਹੋਈ ਹੈ ਉੱਥੇ ਸੰਗਰੂਰ ਦੇ ਵਿੱਚ, ਮਾਹੌਲ ਨਜ਼ਰ ਆਇਆ ਉਹਨਾਂ ਨੂੰ ਜਾਂ ਫਿਰ ਉੱਥੇ ਕਿਉਂਕਿ ਕਿਸਾਨ ਵੀ ਸੀਗੇ ਉਹ ਫੈਕਟਰ ਉਹਨਾਂ ਦੇ ਖਿਲਾਫ ਨਹੀਂ ਗਿਆ, ਬੜੇ ਵਿਰੋਧ ਹੋਏ ਅਰਵਿੰਦ ਖੰਨਾ ਦੇ ਖਿਲਾਫ? ਜੀ ਹਾਂਜੀ ਬਿਲਕੁਲ, ਵਿਰੋਧ ਤਾਂ ਹੋਇਆ ਪਰ ਰਾਮ ਮੰਦਿਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਸਾਰਿਆਂ ਨਾਲੋਂ ਵੱਡਾ ਫੈਕਟਰ ਉਸਨੂੰ ਮੰਨਿਆ ਜਾ ਰਿਹਾ, ਹਿੰਦੂ ਵੋਟ ਵੀ ਹੈਗੀ ਹੈ ਅਤੇ ਸਾਡੇ ਆਸ ਪੜੋਸ ਦੇ ਜਿੰਨੇ ਵੀ ਹੈਗੇ ਨੇ ਉੱਥੇ ਮੈਂ ਇਹੀ ਸੁਣਨ ਨੂੰ ਮਿਲਿਆ ਕਿ ਉਹਨਾਂ ਨੇ। ਚਲੋ ਇੰਟਰਸਟਿੰਗ ਹੈ ਕਿ ਹਿੰਦੂ ਵੋਟ ਹੈਗੀ ਹੈ, ਜੇਕਰ ਤੁਸੀਂ ਆ ਥੋੜ੍ਹਾ ਜਿਹਾ ਮਾਈਕ ਪਕੜ ਸਕੋ ਇੱਕ ਵਾਰੀ ਜੀ, ਮੈਂ ਇੱਕ ਕੋਸ਼ਿਸ਼ ਕਰ ਲੈਂਦਾ ਕਿ ਅਸੀਂ ਜਿਹੜੇ ਸੀਟਾਂ ਦਾ ਮੈਂ ਜ਼ਿਕਰ ਕਰ ਰਿਹਾ ਨਾਲ ਨਾਲ ਜ਼ਰੂਰ ਲਿਖ ਸਕਾਂ। ਸੰਗਰੂਰ ਦੇ ਉੱਤੇ ਕੋਈ ਸਹਿਮਤੀ ਬਣ ਪਾਈ ਇਸ ਸਮੇਂ ਕਿ ਸਭ ਤੋਂ ਇੱਕ ਨੰਬਰ ਦੇ ਉੱਤੇ ਕੌਣ ਹੈ ਕਿ ਨਹੀਂ ਬਣ ਪਾਈ? ਚਾਰ ਸਹਿਮਤ ਹੈ ਕਿ ਮੀਥੇਅਰ ਹੋ ਸਕਦੇ ਹੈ, ਆਪਾਂ ਸੰਗਰੂਰ ਦੇ ਵਿੱਚ ਮੀਥੇਅਰ ਨੂੰ ਸਭ ਤੋਂ ਥੋੜੀ ਮੇਰੀ ਜਿਹੜੀ ਰਾਈਟਿੰਗ ਹੈ ਉਹਦੇ ਲਈ ਮੈਂ ਮਾਫੀ ਚਾਹੂੰਗਾ, ਪਰ ਇੱਕ ਸੀਟ ਦਾ